ਹਾਂਜੀ ਦੋਸਤੋ, MD ਜੋਬ ਅਲਰਟ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ। ਬਹੁਤ ਵਧੀਆ ਮੌਕਾ ਆ ਚੁੱਕਿਆ ਜੀ, 8ਵੀਂ ਪਾਸ ਹੋ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ। ਬਹੁਤ ਵਧੀਆ ਮੌਕਾ ਹੈ ਜੀ ਸਾਰੇ ਹੀ ਉਮੀਦਵਾਰਾਂ ਦੇ ਲਈ। 300 ਪੋਸਟਾਂ ਨੇ ਜੋ ਅਨਾਊਂਸ ਕੀਤੀਆਂ ਗਈਆਂ ਨੇ। ਸਰਕਾਰੀ ਨੌਕਰੀ ਆ ਚੁੱਕੀ ਹੈ, ਕੋਰਟ ਦੇ ਵਿੱਚ ਨੌਕਰੀ ਆਈ ਹੈ ਜੀ, ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਲੈ ਕੇ ਹਾਜ਼ਰ ਹੋ ਚੁੱਕਿਆ ਇਸ ਵੀਡੀਓ ਦੇ ਵਿੱਚ। ਪੋਸਟਾਂ ਅਨਾਊਂਸ ਕੀਤੀਆਂ ਗਈਆਂ ਨੇ ਜੀ, ਹਾਈ ਕੋਰਟ ਹੈ ਜੋ ਪੰਜਾਬ ਅਤੇ ਹਰਿਆਣਾ ਚੰਡੀਗੜ੍ਹ ਵੱਲੋਂ ਇਹ ਪੋਸਟਾਂ ਅਨਾਊਂਸ ਕੀਤੀਆਂ ਗਈਆਂ ਨੇ। ਪੋਸਟਾਂ ਨੇ ਜੀ ਸੇਵਾਦਾਰ ਦੀਆਂ, PN ਦੀਆਂ ਪੋਸਟਾਂ ਅਨਾਊਂਸ ਕੀਤੀਆਂ ਗਈਆਂ ਨੇ। ਜਿਸ ਦੇ ਵਿੱਚ ਗੱਲ ਕਰੀਏ ਤਾਂ ਅਪਲਾਈ ਕਿਵੇਂ ਹੋਵੇਗਾ, ਅਪਲਾਈ ਹੋਵੇਗਾ ਜੀ ਔਨਲਾਈਨ। ਔਨਲਾਈਨ ਤੁਸੀਂ ਫੋਰਮ ਫਿਲ ਕਰਨਾ ਹੋਵੇਗਾ। 25/8/2024 ਤੋਂ ਔਨਲਾਈਨ ਅਪਲਾਈ ਹੋਣਾ ਸ਼ੁਰੂ ਹੋ ਚੁੱਕਿਆ ਅਤੇ ਲਾਸਟ ਡੇਟ ਹੈ ਜੀ ਔਨਲਾਈਨ ਅਪਲਾਈ ਕਰਨ ਦੀ 20 ਸਤੰਬਰ 2024 ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ। ਜੋ ਪੋਸਟਾਂ ਟੋਟਲ ਪੋਸਟਾਂ ਨੇ ਜੀ 300, ਜਿਹਦੇ ਡਿਵਾਈਡੇਸ਼ਨ ਇਸ ਪ੍ਰਕਾਰ ਕੀਤੀ ਗਈ ਹੈਗੀ ਹੈ ਜੀ। ਜਨਰਲ ਕੈਟੇਗਰੀਆਂ ਦੇ 243, SC/ST/BC ਦੀਆਂ 30, ਐਕਸ ਸਰਵਿਸਮੈਨ ਦੀਆਂ 15 ਪੋਸਟਾਂ ਅਨਾਊਂਸ ਕੀਤੀਆਂ ਗਈਆਂ ਨੇ ਜੀ। ਪਰਸਨ ਵਿਦ ਡਿਸੇਬਿਲਿਟੀ ਤੁਸੀਂ ਦੇਖ ਸਕਦੇ ਹੋ, ਇਸ ਪ੍ਰਕਾਰ ਵੰਡ ਕੀਤੀ ਗਈ ਹੈਗੀ ਆ। ਏਜ ਦੀ ਗੱਲ ਕਰੀਏ ਤਾਂ 18 ਤੋਂ 35 ਸਾਲ ਏਜ ਲਿਮਿਟ ਹੈ ਜੀ, ਅਤੇ ਏਜ ਰਿਲੈਕਸੇਸ਼ਨ ਰੂਲਸ ਦੇ ਅਕੋਰਡਿੰਗ ਦਿੱਤੀ ਜਾਵੇਗੀ। ਉਸ ਤੋਂ ਬਾਅਦ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਮਿਨੀਮਮ 8ਵੀਂ ਤੁਸੀਂ ਪਾਸ ਕੀਤੀ ਹੋਵੇ ਪਲੱਸ, ਅਤੇ ਮੈਕਸੀਮਮ +2 ਤੁਸੀਂ ਪਾਸ ਕੀਤੇ ਹੋਵੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ। ਇਹ ਤੁਸੀਂ ਨੋਟ ਕਰ ਲਓ, ਅਤੇ ਜੇਕਰ ਤੁਸੀਂ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ ਅਤੇ ਬੈੱਲ ਆਈਕਨ ਨੂੰ ਪ੍ਰੈਸ ਕਰੋ, ਤਾਂ ਜੋ ਪੰਜਾਬ ਸਟੇਟ ਵਿੱਚ ਜੋ ਵੀ ਜਾਣਕਾਰੀ ਆਉਂਦੀ ਹੈ ਪੋਸਟਾਂ ਸੰਬੰਧੀ ਇਨਫੋਰਮੇਸ਼ਨ ਅਸੀਂ ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੁੰਦੇ ਹਾਂ ਜੀ। ਉਸ ਤੋਂ ਬਾਅਦ ਤੁਹਾਨੂੰ ਇਹ ਜਾਣਕਾਰੀ ਸਭ ਤੋਂ ਪਹਿਲਾਂ ਮਿਲ ਜਾਇਆ ਕਰੇਗੀ ਅਗਰ ਤੁਸੀਂ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਦੇ ਹੋ ਅਤੇ ਬੈੱਲ ਆਈਕਨ ਨੂੰ ਪ੍ਰੈਸ ਕਰਕੇ ਰੱਖ ਦਿੰਦੇ ਹੋ। ਹੁਣ ਤੁਹਾਨੂੰ ਦੱਸ ਦਈਏ ਫੀਸ ਕਿੰਨੀ ਰੱਖੀ ਗਈ ਹੈ ਇਹਨਾਂ ਪੋਸਟਾਂ ਦੇ ਲਈ। ਫੀਸ ਜੋ ਜਨਰਲ SC/ST/BC ਦੇ ਲਈ ਤਾਂ 700 ਰੁਪਏ ਫੀਸ ਰੱਖੀ ਗਈ ਹੈ ਜੀ। SC/ST/BC ਜੋ ਕਿ ਪੰਜਾਬ ਸਟੇਟ ਦੇ ਨੇ, ਹਰਿਆਣਾ UT ਚੰਡੀਗੜ੍ਹ ਦੇ ਨੇ, 600 ਰੁਪਏ। ਐਕਸੈਸ ਸਰਵਿਸਮੈਨ ਦੇ ਲਈ 600 ਰੁਪਏ, PWD ਦੇ ਲਈ 600 ਰੁਪਏ ਫੀਸ ਰੱਖੀ ਗਈ ਹੈਗੀ ਹੈ ਜੀ। ਅਪਲਾਈ ਕਿਵੇਂ ਕਰਨਾ ਹੈਗਾ, ਤੁਸੀਂ ਔਨਲਾਈਨ ਅਪਲਾਈ ਕਰਨਾ ਹੈਗਾ ਜੀ। ਅਪਲਾਈ ਕਰਨ ਦਾ ਲਿੰਕ ਤੁਹਾਨੂੰ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਮਿਲ ਜਾਵੇਗਾ, ਜਿਸ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਹੈ। ਸਾਡੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਵੋ। ਇਸ ਦੇ ਵਿੱਚ ਫਿਜ਼ੀਕਲ ਇੰਡੋਰੈਂਸ ਟੈਸਟ ਵੀ ਹੋਵੇਗਾ, ਜਿਸ ਦੇ ਵਿੱਚ ਮੇਲ ਕੈਂਡੀਡੇਟ ਲਈ ਰੇਸ, ਲੌਂਗ ਜੰਪ, ਹਾਈ ਜੰਪ ਹੋਵੇਗਾ, ਅਤੇ ਫੀਮੇਲ ਲਈ ਵੀ ਰੇਸ, ਲੌਂਗ ਜੰਪ ਅਤੇ ਹਾਈ ਜੰਪ ਹੋਵੇਗਾ, ਜਿਸ ਨੂੰ ਏਜ ਵਾਈਜ ਡਿਵਾਈਡੇਸ਼ਨ ਕੀਤੀ ਗਈ ਹੈ, ਤੁਸੀਂ ਚੈੱਕ ਕਰ ਲੈਣਾ ਹੈਗਾ ਜੀ। ਐਡਮਿਟ ਕਾਰਡ ਆ ਜਾਣਗੇ ਤੁਹਾਡੇ, ਉਸ ਤੋਂ ਬਾਅਦ ਤੁਹਾਡਾ ਐਗਜ਼ਾਮੀਨੇਸ਼ਨ ਹੋਵੇਗਾ। ਕੁਝ ਇੰਪੋਰਟੈਂਟ ਇੰਸਟਰਕਸ਼ਨ, ਜੇ ਸਾਰਾ ਲਿੰਕ ਤੁਹਾਨੂੰ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਮਿਲ ਜਾਵੇਗਾ, PDF ਫਾਈਲ, ਉਸਨੂੰ ਜੁਆਇਨ ਕਰ ਲਵੋ ਅਤੇ ਤੁਹਾਨੂੰ ਸਾਰੀ PDF ਫਾਈਲ ਭਰ ਕੇ ਫਿਰ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ। ਇਹ ਸੀ ਨੋਟੀਫਿਕੇਸ਼ਨ ਅੱਜ ਦਾ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ। ਹੁਣ ਮਿਲਦਾ ਨਵੀਆਂ ਪੋਸਟਾਂ ਦੇ ਨਾਲ, ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਜੀ, ਰੱਬ ਰੱਖ।